ਇਸ ਟਾਈਮ ਦੇ ਵੀ ਦੇਖਣ ਵਾਲਿਆਂ ਨੂੰ ਅੱਜ ਫਿਰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਮੈਨੂੰ ਉਮੀਦ ਹੈ ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲੱਗਦੇ ਹੋਣਗੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਚੰਗੇ ਚੰਗੇ ਪੰਜਾਬੀ ਬੋਲੀ ਤੇ ਜਾਂ ਪੰਜਾਬੀ ਬੋਲੀ ਦੇ ਨਾਲ ਬავਸਤਾ ਪੰਜਾਬੀ ਬੋਲੀ ਦੇ ਨਾਲ ਮਿਲਦੇ ਜੁਲਦੇ ਪ੍ਰੋਗਰਾਮ ਕਰਾਂਗੇ ਜਿਦੇ ਚ ਕੁਝ ਗਾਇਕ ਦੀਆਂ ਗੱਲਾਂ ਕੋਈ ਲਿਖਣ ਵਾਲਿਆਂ ਦੀਆਂ ਗੱਲਾਂ ਪੰਜਾਬੀ ਰੈਸਟੋਰੈਂਟ ਪੰਜਾਬੀ ਟਰੱਕਰਸ ਅਸੀਂ ਇਸ ਤਰ੍ਹਾਂ ਦੇ ਵਿਸ਼ੇ ਤੁਹਾਡੇ ਲੈ ਕੇ ਹਾਜ਼ਰ ਹੋਇਆ ਕਰਾਂਗੇ ਔਰ ਸਾਨੂੰ ਪੰਜਾਬੀ ਬੋਲੀ ਚ ਪ੍ਰੋਗਰਾਮ ਕਰਦਿਆਂ ਕਰਦਿਆਂ ਨੂੰ ਤੁਹਾਡੇ ਵੱਲੋਂ ਤੁਹਾਡੇ ਸੱਜਣਾ ਵਿਤਰਾ ਵੱਲੋਂ ਇੱਕ ਹੋਰ ਸਲਾਮ ਲਈਏ ਕਿ ਤੁਸੀਂ 13 14 15 ਸਾਲ ਦੇ ਬੱਚਿਆਂ ਦੇ ਲਈ ਇੰਗਲਿਸ਼ ਵਿੱਚ ਕੁਝ ਨਾ ਕੁਝ ਪੰਜਾਬੀ ਬੋਲੀ ਦਾ ਦੱਸਿਆ ਕਰੋ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਨਾਲ ਇੱਕ ਹੋਸਟ ਐਸੇ ਹੋਰ ਆ ਰਹੇ ਨੇ ਜਿਨ੍ਹਾਂ ਨੂੰ ਅਸੀਂ ਕਹਾਂਗੇ ਕਿ ਤੁਸੀਂ ਅੰਗਰੇਜ਼ੀ ਵਾਲਾ ਪੱਖ ਨਾਲ-ਨਾਲ ਰੱਖਦੇ ਰਹੋ ਤਾਂ ਕਿ ਅਸੀਂ ਪੰਜਾਬੀ ਬੋਲੀ ਦੇ ਵਿੱਚ ਬੱਚਿਆਂ ਨੂੰ ਵੀ ਨਾਲ-ਨਾਲ ला ਸਕੀਏ ਆ ਇੱਕ ਦਿਨ ਮੇਰਾ ਬੜਾ ਮਨ ਕੀਤਾ ਕਿ ਪੰਜਾਬੀ ਬੋਲੀ 'ਚ ਫਿਲਮਾਂ ਨੇ ਬਹੁਤ ਹੀ ਚੰਗਾ ਕੰਮ ਕੀਤਾ ਹੈ ਤੇ ਪਿਛਲੇ ਤਕਰੀਬਨ 100 ਵਰ੍ਹੇ ਦੇ ਕਰੀਬ ਪੰਜਾਬੀ ਫਿਲਮਾਂ ਨੇ ਪੰਜਾਬੀ ਬੋਲੀ ਨੂੰ ਬਹੁਤ ਨਵੇਂ-ਨਵੇਂ ਦਿਸ਼ਾ ਦੇ ਦਿੱਤੇ ਨੇ ਤੇ ਜਿਹਦੇ ਵਿੱਚ ਪੰਜਾਬੀਆਂ ਦਾ ਨਾਂ ਵੀ ਉੱਚਾ ਹੋਇਆ ਪੰਜਾਬੀ ਐਕਟਰਾਂ ਦੇ ਨਾਂ ਵੀ ਉੱਚੇ ਹੋਏ ਕਈ ਕੰਦਾਂ ਦਾ ਨਾਂ ਵੀ ਉੱਚੇ ਹੋਏ ਫਿਲਮਾਂ ਵੀ ਚੰਗੀਆਂ ਚੱਲੀਆਂ ਅੱਜ ਅਸੀਂ ਆ ਇਸ ਪ੍ਰੋਗਰਾਮ ਨੂੰ ਤੁਹਾਡੇ ਲਈ ਕਰ ਰਹੇ ਆ ਇਹ ਪ੍ਰੋਗਰਾਮ ਤਿੰਨ ਜਾਂ ਚਾਰ ਭਾਗਾਂ 'ਚ ਹੋਏਗਾ ਇੱਕ 1932-33 ਤੋਂ ਲੈ ਕੇ 1966 67 68 ਤੱਕ ਇੱਕ ਜਿਹੜਾ ਪੁਰਾਣਾ ਪੰਜਾਬੀ ਦਾ ਫਿਲਮਾਂ ਦਾ ਵੇਲਾ ਸੀ ਇੱਕ 1968 ਤੋਂ 1985 ਤੱਕ ਦਾ ਵਿਹਲਾ ਫਿਰ ਉਹ ਤੋਂ ਅਗਲਾ ਜਿਹੜਾ ਦੌਰ ਹੈ ਉਹ 1986 ਤੋਂ ਲੈ ਕੇ 2005 ਤੱਕ ਹੈ ਤੇ 2005 ਤੋਂ ਹੁਣ ਤੱਕ ਜਿਹੜੀਆਂ ਫਿਲਮਾਂ ਬਣੀਆਂ ਨੇ ਉਹਦੇ ਬਾਰੇ ਵਿੱਚ ਅਸੀਂ ਅਲੱਗ-ਅਲੱਗ ਸਮੇਂ ਤੇ ਜਲਦੀ-ਜਲਦੀ ਤੁਹਾਨੂੰ ਅ ਦੱਸਦੇ ਰਵਾਂਗੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਸਟਾਰਟ ਹੋਏਗਾ ਪੰਜਾਬੀ ਫਿਲਮਾਂ ਦਾ ਦੌਰ ਗੀਤ ਸੰਗੀਤ ਜਿਹੜਾ ਜਾਂ ਐਕਟਰਾਂ ਦਾ ਜੋ ਵੀ ਸੀ ਉਹ 1932-33 ਤੋਂ ਲੈ ਕੇ 1968 ਤੱਕ ਕਿਸ ਤਰ੍ਹਾਂ ਦਾ ਸਮਾਂ ਸੀ ਤੁਹਾਨੂੰ ਜੇ ਕੋਈ ਮੇਰਾ ਮੇਰੇ ਤੋਂ ਵੱਡਾ ਉਮਰ ਦਾ ਕੋਈ ਸੱਜਣ ਮਿੱਤਰ ਦੇਖਦਾ ਹੋਵੇ 90-95 ਸਾਲ ਦੀ ਉਮਰ ਦਾ ਉਹਨਾਂ ਸੱਜਣਾਂ ਨੂੰ ਪਤਾ ਹੋਏਗਾ ਕਿ ਪੰਜਾਬੀ ਸਿਨੇਮੇ ਵਿੱਚ ਇੱਕ ਫਿਲਮ ਆਈ ਸੀ ਮੰਗਤੀ ਉਹ ਸਾਡੇ ਫਾਦਰ ਸਾਹਿਬ ਉਤੇ 20 ਸਾਲ ਤੋਂ ਗੁਜ਼ਰ ਗਏ ਨੇ ਪਰ ਉਹਨਾਂ ਨੇ ਉਹ ਫਿਲਮ ਲਾਹੌਰ ਵਿੱਚ ਬੜੀ ਵਾਰ ਦੇਖੀ ਸੀ ਕਿਉਂਕਿ ਉਦੋਂ ਪਹਿਲੇ ਪਹਿਲਾਂ ਪੰਜਾਬੀ ਫਿਲਮਾਂ ਜਿਹੜੀਆਂ ਬੋਲਦੀਆਂ ਆਈਆਂ ਸਾਨੂੰ ਉਹਦੇ ਵਿੱਚ ਬੜੇ ਗਾਣੇ ਸੀ ਤੇ ਫਿਲਮ ਬੜੀ ਵਧੀਆ ਸੀ ਤੇ ਆ ਇੱਕ ਦੋ ਫਿਲਮਾਂ ਹੋਰ ਉਸ ਵੇਲੇ ਬੜੀਆਂ ਸਨ ਤੇ ਉਸ ਵੇਲੇ ਜਿਹੜੀ ਮੰਗਤੀ ਸੀ ਉਹ ਬਹੁਤ ਹੀ ਮਸ਼ਹੂਰ ਫਿਲਮ ਹੋਈ ਸੀ ਤੇ ਉਹ ਲਾਹੌਰ ਵਿੱਚ ਜਦੋਂ ਲੱਗੀ ਸੀ ਸਾਡੇ ਫਾਦਰ ਸਾਹਿਬ ਦੱਸਦੇ ਹੁੰਦੇ ਸਨ ਕਿ ਉਹਨੂੰ ਹਜ਼ਾਰਾਂ ਹੀ ਲੋਕਾਂ ਨੇ ਬਾਰ-ਬਾਰ ਦੇਖਿਆ ਤੇ ਮੇਰੇ ਫਾਦਰ ਸਾਹਿਬ ਨੇ ਵੀ ਬੜੀ ਵਾਰ ਦੇਖਿਆ ਉਹਦੇ ਇੱਕ ਗੀਤ ਵੀ ਸੀ ਆ ਮੇਰੇ ਕੋਲ ਕਿਦਰੇ ਯਾਦ ਸੀ ਜਦੋਂ ਕਿਦਰੇ ਮੇਰੇ ਦਿਮਾਗ 'ਚ ਆਇਆ ਤੇ ਮੈਂ ਤੁਹਾਨੂੰ ਦੱਸਾਂਗਾ ਵੀ ਉਸ ਤੋਂ ਬਾਅਦ ਫਿਲਮਾਂ ਦਾ ਦੌਰ ਜਦੋਂ ਸ਼ੁਰੂ ਹੋਇਆ ਤੇ ਇੱਕ ਫਿਲਮ ਆ ਪੋਸਤੀ ਕਵਾਤੜਾ 브ਦਰ ਦੇ ਬੈਨਰ ਹੇਟ ਜਿੱਚ ਸਰਦੂਲ ਕਵਾਤੜਾ ਤੇ ਉਹਨਾਂ ਦੇ ਭਰਾ ਸਨ ਉਹ ਪੰਜ 6 ਭਰਾ ਫਿਲਮਾਂ ਬਣਾਉਂਦੇ ਸਨ ਉਹਨਾਂ ਨੇ ਪਹਿਲੀ ਫਿਲਮ ਬਣਾਈ ਪੋਸਤੀ ਜਿਹੜੀ ਕਿ 1943-44 'ਚ ਬਣੀ ਤੇ ਉਹਦੇ ਚ ਇੱਕ ਗੀਤ ਸੀ ਸ਼ਾਇਦ ਤੁਹਾਨੂੰ ਯਾਦ ਹੋਵੇਗਾ ਮੈਂ ਮੇਰਾ خیال ਹੈ YouTube ਤੇ ਅਸੀਂ ਉਹ ਗੀਤ ਸਾਡੇ ਦੇਖ ਸਕਦੇ ਆ ਤੇ ਮੈਂ ਨਾਲ ਨਾਲ ਤੁਹਾਨੂੰ ਦੁਹਰਾਦਾ ਰਾਂਗਾ ਤੁਸੀਂ ਲੱਭ ਕੇ ਉਹ ਲੁੱਥ ਵੀ ਲੈਂਦੇ ਰਹਿਣਾ ਪਰ ਮੈਂ ਤੁਹਾਨੂੰ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਉਹਨਾਂ ਗੀਤਾਂ ਦੀ ਝਲਕ ਦੱਸਦਾ ਰਹਾਂ ਉਹ ਪੋਸਤੀ ਫਿਲਮ ਦੇ ਵਿੱਚ ਉਸ ਵੇਲੇ ਜਿਹੜੇ ਐਕਟਰ ਹੁੰਦੇ ਸੀ ਉਹ ਪੰਜ ਚਾਰ ਵੀ ਗੋਪਾਲ ਗੋਪਾਲ ਸੈਗਲ ਤੇ ਮਜਨੂ ਤੇ ਨਾਲ ਉਹਨਾਂ ਦੇ ਸੁੰਦਰ ਜਾ ਉਸ ਤੋਂ ਬਾਅਦ ਆਉਂਦੇ 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 ਫਰਹੂਰ ਕਈ ਐਕਟਰ ਵਿੱਚ ਆਏ ਮੈਂ ਨਾ ਉਹਨਾਂ ਦੇ ਨਾਲ-ਨਾਲ ਲੰਧਰਾਂਗਾ ਉਸ ਵਿੱਚ ਇੱਕ ਗਾਣਾ ਸੀ ਬੜਾ ਮਸ਼ਹੂਰ ਦੋ ਗੁੱਤਾਂ ਕਰ ਮੇਰੀਆਂ ਨਿਮਾਏ ਮੈਨੂੰ ਬੜਾ ਚਾਹ ਇਹ ਬੜਾ ਮਸ਼ਹੂਰ ਗੀਤ ਸੀ ਤੇ ਜਿਹੜਾ ਸ਼ਿਆਮਾ ਦੇ ਉੱਤੇ ਫਿਲਮਾਇਆ ਗਿਆ ਸੀ ਸ਼ਿਆਮਾ ਉਹਦੇ 14-15 ਸਾਲ ਦੀ ਸੀ ਕਿਉਂਕਿ ਸਰਦੂਲ ਕੁਬਾਤੜਾ ਸਾਹਿਬ ਇੱਥੇ ਸਾਡੇ ਕੋਲ ਅਮਰੀਕਾ 'ਚ ਰਹਿੰਦੇ ਸਨ ਤੇ ਮੈਂ ਉਹਨਾਂ ਨਾਲ ਕਈ ਵਰੇ ਮੁਲਾਕਾਤਾਂ ਕਰਦਾ ਰਿਹਾ ਮੇਰੇ ਕੋਲ ਘਰੇ ਆ ਜਾਂਦੇ ਸੀ ਮੈਂ ਉਹਨਾਂ ਕੋਲ ਚਲਾ ਜਾਂਦਾ ਸੀ ਉਹਨਾਂ ਨੇ ਮੈਨੂੰ ਇੱਕ ਡਿਊਟੀ ਹੋਰ ਲਈ ਸੀ ਕਿ ਤੂੰ ਮੇਰੀਆਂ ਜਿੰਨੀਆਂ ਫਿਲਮਾਂ ਵੀ ਹੈਗੀਆਂ 25 ਫਿਲਮਾਂ ਸੀ ਤਕਰੀਬਨ ਪੰਜਾਬੀ ਦੀਆਂ ਮੈਨੂੰ ਇਕੱਠੀਆਂ ਕਰਕੇ ਦੇ ਮੈਂ ਉਹਨਾਂ ਨੂੰ VHS ਤੇ ਤਕਰੀਬਨ 23-24 ਫਿਲਮਾਂ ਇਕੱਠੀਆਂ ਕਰਕੇ ਦਿੱਤੀਆਂ ਸੀ ਤੇ ਹਿੰਦੀ 'ਚ ਉਹਨਾਂ ਨੇ 10 ਫਿਲਮਾਂ ਬਣਾਈes ਜਿਸ ਵਿੱਚ ਇੱਕ ਪਾਟੇਖਾਂ ਬੜੀ ਮਸ਼ਹੂਰ ਫਿਲਮ ਸੀ ਲੈਲਾ ਮਜਨੂ ਸੀ 10 ਫਿਲਮਾਂ ਸੀ ਤੇ ਉਹ ਮੈਨੂੰ ਇੱਕ ਵਾਰੀ ਦੱਸ ਦੇ ਸੀ ਕਿ ਮੈਨੂੰ ਕਿਸੇ ਨੇ ਕਿਹਾ ਯਾਰ ਤੁਸੀਂ ਪੰਜਾਬੀ ਬੰਦੇ ਆ ਫਿਲਮਾਂ ਹਿੰਦੀ ਬਣਾਉਣ ਦੇ ਆ ਕਹਿੰਦੇ ਉਹਦੋਂ 10 ਪੰਜਾਬੀ ਫਿਲਮ ਹਿੰਦੀ ਫਿਲਮਾਂ ਬਣਾਈਆਂ ਸੀ ਉਹ ਬੰਦ ਕਰਕੇ ਤੇ ਮੈਂ ਨਾ ਉਸ ਵੇਲੇ ਫਿਰ ਕੁਦਰਤੀ ਪੰਜਾਬੀ ਫਿਲਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਕਿਹਾ ਚਲੋ ਪੰਜਾਬੀ ਫਿਲਮਾਂ ਬਣਾਉਣੇ ਆ ਪੰਜਾਬੀ ਫਿਲਮਾਂ ਦੇ ਵਿੱਚ ਸਾਨੂੰ ਇਹ ਲੱਭ ਜਾਏਗਾ ਕਿ ਅਸੀਂ ਕੋਈ ਚੰਗਾ ਕੰਮ ਕਰਕੇ ਦਿਖਾਵਾਂਗੇ ਉਹਦੇ ਚ ਉਹਨਾਂ ਨੇ ਫਿਰ ਪਹਿਲੀ ਫਿਲਮ ਬਣਾਈ ਸੀ ਪੋਸਤੀ ਦੂਸਰੀ ਫਿਲਮ ਸੀ ਕੋਡੇਸ਼ਾ ਤੇ ਉਸ ਤੋਂ ਬਾਅਦ ਜਿਹੜੀ 1945 46 ਚ ਆਈ ਸੀ ਫਿਰ ਜਿਹੜੀਆਂ ਪੰਜਾਬੀ ਦੇ ਫਿਲਮਾਂ ਆਈਆਂ ਉਹ ਬੜੀਆਂ ਨਾਮਵਰ ਆਈਆਂ ਅਨਿਸ਼ੀ ਇੰਦਰਬੱਲੀ ਰਵਿੰਦਰ ਕਪੂਰ ਤੇ ਦਿਲਜੀਤ ਐਕਟਰ ਸੀ ਪੰਗੜੇ ਦੇ ਵੀ ਬੜੇ ਮਸ਼ਹੂਰ ਐਕਟਰ ਸੀ ਆਪਣੇ ਮਾਲਵੇ ਤੋਂ ਉਦੋਂ ਇੱਕ ਫਿਲਮ ਆਈ ਸੀ ਗੁੱਡੀ ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਖਾ ਗਏ ਇਹ ਸੀ ਦੂਰ ਦੂਰ ਜਾਂਦੇ ਜਾਂਦੇ ਨੇੜੇ ਨੇੜੇ ਆ ਗਏ ਸ਼ਾਇਦ ਤੁਹਾਨੂੰ ਯਾਦ ਹੋਵੇਗਾ ਇੱਕ ਪੰਗੜਾ ਫਿਲਮ ਸੀ ਚਿੱਟੇ ਦੰਦ ਸੁਨੋ ਨਹੀਂ ਰਹਿੰਦੇ ਕਿ ਲੋਕੀ ਭੜੇ ਛੱਕ ਕਰਦੇ ਇਹ 1965 ਦੇ ਕਰੀਬ ਦੀ ਫਿਲਮ ਹੈ ਇੱਕ ਪਿੰਡ ਦੀ ਕੁੜੀ ਫਿਲਮ ਆਈ ਸੀ ਦੋ ਲੱਛੀਆਂ ਆਈ ਸੀ ਚੰਬੇ ਦੀ ਕਲੀ ਆਈ ਸੀ ਮਾਮਾ ਜੀ ਆਈ ਸੀ ਪਰਦੇਸੀ ਢੋਲਾ ਆਈ ਸੀ ਸੱਤ ਸਾਲੀਆਂ ਆਈ ਸੀ ਢੋਲਾ ਪੱਟੀ 1945 ਚ ਆਈ ਸੀ ਵਾਸਤਾਈ ਰੱਬ ਦਾ ਬਿੱਤੂ ਜਾਹੀ ਵੇ ਕਬੂਤਰਾ ਬਲਾਇਤ ਪਾਸ ਆਈ ਸੀ ਬੰਤੋ ਆਈ ਸੀ ਚੰਬੇ ਦੀ ਕਲੀ ਆਈ ਸੀ ਫਿਰ ਉਸ ਤੋਂ ਬਾਅਦ ਜਿਹੜੀ ਚਿੱਠੀ ਮੇਰੀ ਢੋਲ ਦੀ ਪਹਚਾਈ ਵੇ ਕਬੂਤਰਾ ਇਹ 1945 ਦੇ ਕਰੀਬਣੇ ਸੀ ਵਿੱਚ ਮੁਨਵਰ ਸੁਲਤਾਨਾ ਨੇ ਗੀਤ ਗਾਇਆ ਥੇ ਜਿਹੜਾ ਚਿੱਠੀ ਮੇਰੀ ਢੋਲ ਦੀ ਪਹਚਾਈ ਵੇ ਕਬੂਤਰਾ ਇਹ ਬਹੁਤ ਹੀ ਵਧੀਆ ਵਧੀਆ ਫਿਲਮਾਂ ਸਨ ਜਿਹੜੇ ਦੌਰ ਦੇ ਵਿੱਚ ਇਹ ਫਿਲਮਾਂ ਸਨ ਉਹਨਾਂ ਦੇ ਗੀਤ ਇੰਨੇ ਨੇ ਵਧੀਆ ਸੀ ਕਿ ਅੱਜ ਤੱਕ ਅਸੀਂ ਅਗਰ ਉਹ ਗੀਤ ਸੁਣਦੇ ਹਾਂ ਤੇ ਸਾਨੂੰ ਆਨੰਦ ਮਿਲਾਉਂਦਾ ਹੈ ਅਸੀਂ ਉਹਨਾਂ ਨੂੰ ਆਨੰਦਮਈ ਗੀਤਾਂ ਨੂੰ ਸੁਣਨ ਦੇ ਲਈ ਜਦੋਂ ਵੀ ਅਸੀਂ ਉਹ ਗੱਲਾਂ ਬਾਤਾਂ ਕਰਦੇ ਹਾਂ ਤੇ ਸਾਨੂੰ ਪੂਰੀ ਉਮੀਦ ਹੁੰਦੀ ਹੈ ਕਿ ਇਹ ਜਿਹੜੇ ਗੀਤ ਨੇ ਇਹ ਅਸੀਂ ਚੰਗੇ ਚੰਗੇ ਤੁਹਾਡੇ ਸਾਹਮਣੇ ਸੁਣਾ ਸਕਦੇ ਹਾਂ ਚੰਗੇ ਚੰਗੇ ਤੁਸੀਂ ਸੁਣ ਸਕਦੇ ਹੋ YouTube ਤੇ ਜਾ ਕੇ ਇਹਨਾਂ ਗੀਤਾਂ ਨਾਲ ਬਹੁਤ ਹੀ ਆਨੰਦ ਆਉਂਦਾ ਹੈ ਬਹੁਤ ਹੀ ਆਨੰਦ ਆਉਂਦਾ ਹੈ ਤੇ ਹਾਲੇ ਤੱਕ ਵੀ ਜਿੰਨਾਂ ਲੋਕਾਂ ਨੇ ਇਹ ਫਿਲਮਾਂ ਦੇਖੀਆਂ ਨੇ ਜਾਂ ਗੀਤ ਦੇਖੇ ਨੇ ਉਹ ਖੁਦ ਇਸ ਦੀ ਗਵਾਹੀ ਭਰਨਗੇ ਕਿ ਫਿਲਮਾਂ ਚੰਗੀਆਂ ਸਨ ਗੱਲ ਕਰਦੇ ਸੀ ਪੰਜਾਬੀ ਫਿਲਮਾਂ ਦੇ ਐਕਟਰਾਂ ਦੀ ਉਹਨਾਂ ਵਿੱਚ ਮੈਂ ਕਈ ਨਾਂ ਲਏ ਨੇ ਕਈ ਹੋਰ ਨਾਂ ਵੀ ਸੀ ਉਹਨਾਂ ਦੇ ਵਿੱਚ ਆ ਫਿਲਮਾਂ ਦੇ ਵਿੱਚ ਜਿਹੜੇ ਪਹਿਲੇ ਦੌਰ ਦੀਆਂ ਫਿਲਮਾਂ ਸੀ ਉਹਨਾਂ ਚੋਂ ਖਾਸ ਕਰਕੇ ਮੈਂ ਤੁਹਾਨੂੰ ਫਿਲਮਾਂ ਦੇ ਨਾਮ ਲੈ ਜਿਹਨਾਂ ਦੇ ਵਿੱਚ ਇੱਕ ਦੋ ਫਰੌਂ ਚੌਧਰੀ ਕਰਨੈਲ ਸਿੰਘ ਬੜੀ ਮਸ਼ਹੂਰ ਫਿਲਮ ਸੀ ਜਿਹਦੇ ਵਿੱਚ ਪ੍ਰੇਮ চোপੜਾ ਸਾਹਿਬ ਨੇ ਪਹਿਲੀ ਵਾਰੀ ਕੰਮ ਕੀਤਾ ਸੀ ਤੇ ਹੋਰ ਜਿਹੜੀਆਂ ਫਿਲਮਾਂ ਸੀ ਉਹਦੇ ਵਿੱਚ ਜਿਹੜੇ ਐਕਟਰ ਹੁੰਦੇ ਸੀ ਖਰਾਤੀ ਭੈਂਗਾ ਅ ਵਿਰਿੰਦਰ ਕਪੂਰ ਸ਼ਿਆਮਾ ਜੌਨੀ ਵਾਕਰ ਬਲੈਤ ਪਾਸ ਵਿੱਚ ਸੀ ਸੁੰਦਰ ਸੀ ਮਜਨੂ ਆਦਕ ਸੀ ਉਦੋਂ ਇੱਕ 1964 ਵਿੱਚ ਫਿਲਮ ਆਈ ਸੀ ਖੇਡਨ ਦੇ ਦਿਨ ਚਾਰ ਉਹਦਾ ਇੱਕ ਮੁਹੰਮਦ ਰਫੀ ਦਾ ਗਾਣਾ ਹੈ 1964 ਦੇ ਵਿੱਚ ਜਿਹੜੀ ਖੇਡਨ ਦੇ ਦਿਨ ਚਾਰ ਆਈ ਸੀ ਉਹ ਦੋਵਾਂ ਪੰਜਾਬਾਂ ਦੀ ਬੰਡ ਦੇ ਉੱਤੇ ਫਿਲਮ ਸੀ ਉਹਦੇ ਚ ਮੁਹੰਮਦ ਰਫੀ ਦਾ ਗਾਣਾ ਸੀ ਰਾਬੀ ਛੱਡ ਚੱਲੇ ਆ ਚਨਾ ਛੱਡ ਚੱਲੇ ਆ ਬਤਨਾ ਦੀ ਠੰਡੀ ਠੰਡੀ ਹਵਾ ਛੱਡ ਚੱਲੇ ਆ ਮਾਂ ਛੱਡ ਚੱਲੇ ਆ ਯਾਦਾਂ ਛੱਡ ਚੱਲੇ ਆ ਬਹੁਤ ਹੀ ਬਹੁਤ ਹੀ ਯਾਨੀ ਰਸ ਪਿੰਨਾ ਤੇ ਅ ਦਿਲ ਉਟੰਬਣ ਵਾਲਾ ਗੀਤ ਸੀਗਾ ਫਿਲਮ ਦਾ ਤੇ ਗੁੱਡੀ ਫਿਲਮ ਆਈ ਸੀ ਬੜੀ ਮਸ਼ਹੂਰ 1955-56 ਚ ਉਹਦਾ ਇੱਕ ਬੜਾ ਗਾਣਾ ਮਸ਼ਹੂਰ ਸੀ ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਖਾ ਗਿਆ ਦੂਰ ਦੂਰ ਜਾਂਦੇ ਜਾਂਦੇ ਨੇੜੇ ਨੇੜੇ ਆ ਗਿਆ ਤੁਸੀਂ ਹੁਣ ਵੀ YouTube ਤੇ ਲਾ ਕੇ ਉਹ ਗਾਣੇ ਸਾਰੇ ਸੁਣ ਸਕਦੇ ਹੋ ਚ ਦਿਲਜੀਤ ਤੇ ਇੰਦਰਾ ਬਿੱਲੀ ਸੀ ਇੱਕ ਫਿਲਮ ਹੋਰ ਆਈ ਸੀ ਵੀ ਗੋਪਾਲ ਸਾਈਕਲ ਦਾ ਗਾਣਾ ਸੀਗਾ ਉਸ ਫਿਲਮ ਵਿੱਚ ਮਾਮਾ ਜੀ ਉਹ ਵੀ 1960 ਕਾਟ ਦੇ ਵਿੱਚ ਆਈ ਸੀ ਉਹਦਾ ਗਾਣਾ ਸੀਗਾ ਛਕ ਛਕ ਗੱਡੀ ਚੱਲਦੀ ਜਾਂਦੀ ਆਉਂਦੇ ਜਾਂਦੇ ਸ਼ਹਿਰ ਮੁੜ ਕੇ ਨਹੀਂ ਉਹ ਜੰਮਣਾ ਮਾਮਾ ਕਰ ਪੰਜਾਬ ਦੀ ਸ਼ਹਿਰ ਤੁਹਾਨੂੰ ਯਾਦ ਹੋਏਗੀ ਸਾਰੀਆਂ ਫਿਲਮਾਂ ਤੁਸੀਂ YouTube ਤੋਂ ਦੇਖ ਸਕਦੇ ਹੋ ਮੈਂ ਸਿਰਫ ਤੁਹਾਨੂੰ ਉਹਨਾਂ ਦਾ ਇਤਿਹਾਸ ਦੱਸਣ ਦੇ ਲਈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪੰਜਾਬੀ ਬੋਲੀ ਤੇ ਕਿੰਨਾ ਕੰਮ ਹੋਇਆ ਉਸ ਵੇਲੇ ਉਹ ਦੱਸਣਾ ਚਾਹਣਾ ਆ ਇੱਕ ਫਿਲਮ ਸੀ ਚੰਬੇ ਦੀ ਕਲੀ ਕਦੇ ਮੈਂ ਸਾ ਚੰਬੇ ਦੀ ਕਲੀ ਬੜਾ ਮਸ਼ਹੂਰ ਗਾਣਾ ਸੀ ਉਹਦਾ ਤੇ ਪੰਗੜੇ ਦੀ ਮੈਂ ਪਹਿਲਾਂ ਗੱਲ ਕਰ ਹਟਿਆ ਕਿ ਚਿੱਟੇ ਦੰਦ ਸੁਣਉ ਨਹੀਂ ਰਹਿੰਦੇ ਕਿ ਲੋਕੀ ਭੜੇ ਚੈੱਕ ਕਰਦੇ ਮੁਹੰਮਦ ਰਵੀ ਸਾਹਿਬ ਦਾ ਇਹ ਗੀਤ ਸੀਗਾ ਤੇ ਇਹ ਨਿਸ਼ੀਤੇ ਤੇ ਸੋਨਦਰ ਸਾਹਿਬ ਤੇ ਫਿਲਮਾਇਆ ਗਿਆ ਸੀ ਇੱਕ ਫਿਲਮ ਗੁੱਡੀ ਦਾ ਗਾਣਾ ਹੋਰ ਸੀ ਦਾਣਾ ਪਾਣੀ ਖਿੱਚ ਕੇ ਲਿਆਉਂਦਾ ਕੌਣ ਕਿਸੇ ਦਾ ਖਾਂਦਾ ਹੀ ਹੋ ਤੇ ਪ੍ਰਦੇਸੀ ਢੋਲਾ ਦਾ ਇੱਕ ਗਾਣਾ ਸੀ ਜਿਹਦੇ ਵਿੱਚ ਐਨੀ ਸ਼ਾਨਦਾਰ ਉਹਦਾ ਸੰਗੀਤ ਸੀ ਚੁੰਨੀ ਆਪਣੀ ਨੂੰ ਰੰਗ ਕੀਤਾ ਇੱਕ ਤੇ ਮੈਂ ਸੋਹਣੀ ਦੂਜਾ ਸੋਹਣੇ ਦਾ ਸੰਗ ਕੀਤਾ ਪੰਜਾਬੀ ਫਿਲਮਾਂ ਨੇ ਇੰਨੇ ਰੰਗ ਵਿਖਾਏ ਸਾਨੂੰ ਪੁਰਾਣੀਆਂ ਫਿਲਮਾਂ ਦੇ ਵਿੱਚ ਅਸੀਂ ਨਵੀਆਂ ਫਿਲਮਾਂ ਤੇ ਵੀ ਗੱਲ ਕਰਾਂਗੇ ਪਰ ਪੁਰਾਣੀਆਂ ਤੇ ਉਹਦੇ ਗਾਣੇ ਹੋਰ ਸੀ ਪਰਦੇਸੀ ਤੋਂ ਲਾਦਾ ਲਾਣਾ ਤੇ ਤੋੜ ਨਿਭਾਵੀ ਛੱਡ ਕੇ ਨਾ ਜਾਵੀਂ ਇੱਕ ਬਲੈੰਟ ਪਾਸ ਦੇ ਸਾਰੇ ਜਿਹੜੇ ਇੱਕ ਫਿਲਮ ਸੀ ਬਲੈੰਟ ਪਾਸ ਉਹਦੇ ਸਾਰੇ ਗੀਤ ਆਨੰਦ ਲਾਲ ਨੂਰਪ੍ਰੀਤ ਸਾਹਿਬ ਨੇ ਲਿਖੇ ਸੀ ਉਹਦੇ ਗਾਣਾ ਬੜਾ ਮਸ਼ਹੂਰ ਸੀ ਉਹ ਬੱਲੇ ਬੱਲੇ ਜੱਟਾ ਅੱਜ ਤੇਰਾ ਸਿੱਕਾ ਸਾਰੇ ਦੇਸ਼ ਚ ਚੱਲੇ ਪਰ ਹੁਣ ਇਸ ਵੇਲੇ ਕਿਸਾਨਾਂ ਦੀ ਹਾਲਤ ਜਿਹੜੀ ਆ ਤੁਸੀਂ ਜਾਣਦੇ ਹੋ ਕਿ ਬਾਰਡਰ ਤੇ ਬੈਠੇ ਨੇ ਉਹ 2021 ਦੇ ਵਿੱਚ 2020 ਤੋਂ ਬੈਠੇ ਨੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਉਹਨਾਂ ਦੇ ਜਿਹੜੇ ਕਾਨੂੰਨ ਨੇ ਉਹ ਰੱਦ ਹੋਣੇ ਚਾਹੀਦੇ ਮੈਂ ਵਿੱਚ ਇਹ ਗੱਲ ਦੱਸਦਾ ਇੱਕ ਫਿਲਮ ਹੋਰ ਸੀ ਗੁੱਡੀ ਦਾ ਗੀਤ ਇੱਕ ਬੜਾ ਮਸ਼ਹੂਰ ਸੀ ਸ਼ਮਸ਼ਾਦ ਬੇਗਮ ਦੀ ਆਵਾਜ਼ ਵਿੱਚ ਬੱਤੀ ਬਾਲ ਕੇ ਬਨੇਰੇ ਤੇ ਰੱਖਨੀ ਆ ਕਿਤੇ ਲੰਘ ਨਾ ਜਾਵੇ ਚਨਮਾਹੀ ਮੇਰਾ ਇਹ ਜਦੋਂ ਵੀ ਵਕਤ ਲੱਗਿਆ ਤੁਸੀਂ YouTube ਤੇ ਦੇਖ ਸਕਦੇ ਹੋ ਇੱਕ ਉਹਦਾ ਗਾਣਾ ਹੋਰ ਸੀ ਪਿੰਡ ਦੀ ਕੁੜੀ ਫਿਲਮ ਦਾ ਗਾਣਾ ਹੋਰ ਬੜਾ ਮਸ਼ਹੂਰ ਸੀ ਮੈਨੂੰ ਤੇਰੇ ਪਿੱਛੇ ਸੱਜਣਾ ਕਦੇ ਹਸਣਾ ਪਿਆ ਕਦੇ ਰੋਣਾ ਪਿਆ ਚੌਧਰੀ ਕਰਨੈਲ ਸਿੰਘ ਫਿਲਮ ਜਿਹੜੀ ਸੀ ਉਹਦੇ ਵਿੱਚ ਪ੍ਰੇਮ ਚੋਪੜਾ ਨੂੰ ਪਹਿਲੀ ਵਾਰੀ ਪੰਜਾਬੀ ਫਿਲਮਾਂ ਚ ਤੇ ਪਹਿਲੀ ਵਾਰੀ ਪੇਸ਼ ਕੀਤਾ ਗਿਆ ਸੀ ਉਸ ਤੋਂ ਬਾਅਦ ਤੇ ਉਹ ਹਿੰਦੀ ਫਿਲਮਾਂ ਵਿੱਚ ਵੀ ਆਏ ਤੇ ਬੜੇ ਮਸ਼ਹੂਰ ਹੋਏ ਉਹਦੇ ਵਿੱਚ ਗਾਣਾ ਸੀ ਘਰ ਬਾ ਬੁੱਲਦਾ ਛੱਡ ਕੇ ਤੀਆਂ ਤੀਆਂ ਇੱਕ ਦਿਨ ਜਾਣਾ ਏ ਇਹ ਤਾਂ ਬੇਗਾਨਾ ਹੈ ਇਦੇ ਵਿੱਚ ਮੈਂ ਇਕਲ ਜ਼ਰੂਰ ਕਹਾਗਾ ਕਿ ਰਾਜਕਪੂਰ ਸਾਹਿਬ ਦਾ ਵੀ ਇਨਰ ਫਿਲਮਾਂ ਦੇ ਵਿੱਚ ਰੋਲ ਰਿਹਾ ਹੈ ਕਿਉਂਕਿ ਰਾਜਕਪੂਰ ਸਾਹਿਬ ਨੂੰ ਇੱਕ ਫਿਲਮ ਦੇ ਵਿੱਚ ਸ਼ਮਸ਼ਾਦ ਬੇਗਮ ਦੇ ਅਗੇਂਸਟ ਇੱਕ ਗੀਤ ਸੀਗਾ ਮੁਹੰਮਦ ਰਫੀ ਦਾ ਗਾਇਆ ਉਹਦੇ ਚ ਉਹਨਾਂ ਨੂੰ ਲਾਇਆ ਸੀ ਅੱਡੀ ਮਾਰਿਆ ਧਰਤੀ ਕੰਬੇ ਨਾਲ ਤਮ ਕਦੇ ਚਲਦੀ ਹੌਲੀ ਸ਼ਾਲਾ ਮਾਰ ਕੁੜੀਏ ਜੋ ਤਿੱਖਾ ਲਦੀ ਮਰੋੜਾ ਨਹੀਂ ਉਹ ਖਲਦੀ ਇਹ ਇੰਦਰਾ ਬਿੱਲੀ ਵੀ ਸੀ ਉਸ ਫਿਲਮ ਵਿੱਚ ਟੱਪ ਲਵਾ ਮਾਂਗਾ ਸੱਤ ਸਮੁੰਦਰ ਲੱਭ ਲਵਾ ਮਾਂਗਾ ਰਾਵਾਂ ਅਗ ਲਾ ਮਾਂ ਨੌਕਰੀ ਨੂੰ ਚਿੱਠੀ ਲਿਖੇ ਤੇ ਮੈਂ ਨੱਚਦਾ ਆ ਮਾਂ ਇਹ ਰਾਜਪੂਰ ਦੇ ਉੱਤੇ ਫਿਲਮਾਇਆ ਗਿਆ ਸੀ ਜਿਹੜੇ ਕਿ ਮਹਾਨ ਸ਼ੋਅਮੈਨ ਹੋਏ ਨੇ ਤੇ ਇੱਕ ਗੁੱਡੀ ਦਾ ਬੜਾ ਮਸ਼ਹੂਰ ਗਾਣਾ ਸੀ ਸ਼ਮਸ਼ਾਦ ਬੇਗਮ ਦਾ ਨਹੀਂ ਟੁੱਟ ਜਾ ਰੇਲ ਗੱਡੀ ਐ ਤੂੰ ਰੋਕ ਲਿਆ ਚੰ ਮੇਰਾ ਤੂੰ ਰੋਕ ਚ ਲਿਆ ਚੰ ਮੇਰਾ ਮੈਂ ਕੀ ਸੀ ਵਿਗਾੜਿਆ ਤੇਰਾ ਇਹ ਸ਼ਮਸ਼ਾਦ ਬੇਗਮ ਤਕਰੀਬਨ 103-4 ਬਰਿਆਂ ਦੀ ਹੋ ਕੇ 92 95 ਦੇ ਗੁਜਰੇ 2000 ਦੇ ਕਰੀਬ ਗੁਜਰੇ ਨੇ ਮੇਰਾ ਖਲ 2004 ਦੀ ਗੱਲ ਹੈ ਜੇ ਗੁਜਰੇ ਨੇ ਅੰਮ੍ਰਿਤਸਰ ਵਿੱਚ ਰਹਿੰਦੇ ਸਨ ਪਰ ਉਹਨਾਂ ਵਰਗਾ ਗਾਇਆ ਬਹੁਤ ਘੱਟ ਲੋਕ ਹਨ ਇੱਕ ਦਿਲਜੀਤ ਨਿਸ਼ੀ ਦੇ ਉੱਤੇ ਫਿਲਮ ਬਣੀ ਸੀ ਲਾਜੋ ਲਾਜੋ ਦੇ ਵਿੱਚ ਇੱਕ ਗਾਣਾ ਸੀ ਰੱਬਾ ਲੱਗ ਨਾ ਕਿਸੇ ਨੂੰ ਜਾਵੇ ਗੁੜ ਨਾਲੋਂ ਇਸ਼ਕ ਮਿੱਠਾ ਤੇ ਜਿਹੜੀ ਪੁਰਾਣੀਆਂ ਫਿਲਮਾਂ ਮਾਮਾ ਜੀ ਵਗੈਰਾ ਉਹਦੇ 'ਚ ਇੱਕ ਗਾਣਾ ਹੋਰ ਸੀ ਰੁੱਖੀ ਸੁੱਕੀ ਖਾ ਗੋਪਾਲਾ ਘੜੇ ਦਾ ਪਾਣੀ ਪੀ ਭੁੱਖਾ ਨਾਲ ਤੂੰ ਕਿਉਂ ਮਰਦਾ ਏ ਟੀਠਾ ਮੰਗੂ ਜੀ ਆ ਲਾਜੋ ਦੇ ਗਾਣਾ ਹੋਰ ਸੀ ਜੇ ਜੇ ਸੀ ਜੇ ਮੈਂ ਦੁੱਧ ਚੋਮਾਂ ਤੇਰੀ ਯਾਦ ਆਵੇ ਸ਼ਮ ਸ਼ਮ ਰੋਵਾਂ ਹੁਣ ਦੱਸ ਮੈਨੂੰ ਵੇ ਮੈਂ ਦੁੱਧ ਚੋਮਾਂ ਕੇ ਤੈਨੂੰ ਯਾਦ ਕਰਾਂ ਮੀਨੂ ਪ੍ਰਸ਼ੂਤਮ ਦਾ ਗਾਇਆ ਗਾਣਾ ਸੀ ਮੀਨੂ ਪ੍ਰਸ਼ੂਤਮ ਨੇ ਪੰਜਾਬੀ ਫਿਲਮਾਂ 'ਚ ਬੜੇ ਗਾਣੇ ਗਾਏ ਆ ਤੇ ਉਸੇ ਫਿਲਮ ਦਾ ਇੱਕ ਹੋਰ ਗਾਣਾ ਸੀਗਾ ਸਾਰੇ ਜੱਗ ਨੂੰ ਚਲਾਉਣ ਵਾਲਾ ਜਾ ਕੇ ਰੱਬੇ ਕਰਬ ਬਾਕੀ ਹੋਰ ਝੂਠ ਸਭ ਜਦੋਂ ਵੀ ਕਿਤੇ ਤੁਹਾਡਾ ਵਕਤ ਲੱਗੇ ਇਹਨਾਂ ਫਿਲਮਾਂ ਨੂੰ ਜਦੋਂ ਵੀ ਤੁਸੀਂ ਸੁਣੋਗੇ ਤੁਹਾਨੂੰ ਇਹ ਲੱਗੇਗਾ ਕਿ ਇਹ ਜਿਹੜੇ ਗੀਤ ਨੇ ਇਹ ਫਿਲਮਾਂ ਨੇ ਇੱਕ ਕਦੋਂ ਬਣੀਆਂ ਕਿਸ ਤਰ੍ਹਾਂ ਬਣੀਆਂ ਕਿਸ ਦੌਰ ਚ ਬਣ ਕੇ ਗਈਆਂ ਕਿਉਂਕਿ ਇਹਨਾਂ ਫਿਲਮਾਂ ਦਾ ਦੌਰ ਬੜਾ ਹੀ ਚੰਗਾ ਸੀ ਭੋਲੇ ਭਾਲੇ ਲੋਕ ਸੀ ਭੁਲੀਆਂ ਪਾਲੀਆਂ ਗੱਲਾਂ ਕਰਦੇ ਸੀ ਪਿੰਨਾ ਦੀ ਕਹਾਣੀ ਹੁੰਦੀ ਸੀ ਕਿਸਾਨ ਦੀ ਕਹਾਣੀ ਸੀ ਗਰੀਬ ਮਜ਼ਦੂਰ ਦੀ ਕਹਾਣੀ ਸੀ ਅੱਜ ਕੱਲ ਫਿਲਮਾਂ ਦੇ ਵਿੱਚ ਬਹੁਤ ਜ਼ਿਆਦਾ ਕਰਦਾਰ ਹੋ ਕੇ ਜਿਹੜੇ ਆਉਂਦੇ ਨੇ ਉਹ ਵਿਸ਼ਿਆਂ ਤੋਂ ਔਖੜ ਕੇ ਵੀ ਗੱਲਾਂ ਕਰਦੇ ਨੇ ਵਿਸ਼ਿਆਂ ਨਾਲ ਵੀ ਇਹ ਆਪਾਂ ਨਾਲ-ਨਾਲ ਇਹ ਮੈਂ 1932-33 ਤੋਂ ਲੈ ਕੇ 1968 ਤੱਕ ਦੀਆਂ ਗੱਲਾਂ ਕਰਦਾ ਅਗਲੇ ਪ੍ਰੋਗਰਾਮ ਵਿੱਚ 1969 ਤੋਂ ਜਦੋਂ ਫਿਲਮ ਨਾਨਕ ਨਾਮ ਜਹਾਜ਼ ਆਈ ਸੀ ਉਹ ਤੋਂ ਸ਼ੁਰੂ ਕਰਾਂਗੇ ਫਿਰ 1985 ਤੱਕ ਕਿਸ ਤਰ੍ਹਾਂ ਦਾ ਦੌਰ ਰਿਹਾ 1985 ਤੋਂ 2000 ਪੰਜ ਤੱਕ ਮਾਰ ਢਾੜਦੀਆਂ ਫਿਲਮਾਂ ਦਾ ਜੋਰ ਰਿਹਾ 2005 ਤੋਂ ਪਹਿਲੀ ਵਾਰ ਕਿਸੇ ਨੇ ਸੋਚਿਆ ਕਿ ਆਪਾਂ ਕਿਉਂ ਨਾ ਐਸੀਆਂ ਫਿਲਮਾਂ ਬਣਾਈਏ ਜਿਹੜੀਆਂ ਸਮਾਜਿਕ ਤੌਰ ਤੇ ਲੋਕਾਂ ਦੇ ਨੇੜੇ ਹੋਣ ਲੋਕਾਂ ਦੀ ਗੱਲ ਕਰਦੀਆਂ ਹੋਣ ਜਿਹੜੀਆਂ ਅੱਜ ਕੱਲ 100 ਤੋਂ 5-7 ਫਿਲਮਾਂ ਉਹ ਬਣ ਰਹੀਆਂ ਨੇ ਜਿਹੜੀਆਂ ਸਮਾਜਿਕ ਤੇ ਲੋਕਾਂ ਦੀ ਗੱਲ ਕਰਦੀਆਂ ਨੇ ਤੁਹਾਨੂੰ ਯਾਦ ਹੋਵੇਗਾ ਇੱਕ ਫਿਲਮ ਆਈ ਸੀ ਗੀਤ ਬਹਾਰਾਂ ਦੇ ਇਹ ਵੀ 1965-66 ਦੀ ਗੱਲ ਹੈ ਉਹਦਾ ਮੁਹੰਮਦ ਰਫੀ ਦਾ ਗੀਤ ਸੀ ਉਹ ਸ਼ਿਵ ਕੁਮਾਰ ਬਟਾਲਵੀ ਸਾਹਿਬ ਨੇ ਗੀਤ ਲਿਖੇ ਸੀ ਉਸ ਫਿਲਮ ਦੇ ਗੀਤ ਬਹਾਰਾਂ ਦੇ ਜੀ ਕਰਦਾ ਐ ਇਸ ਦੁਨੀਆ ਨੂੰ ਮੈਂ ਹੱਸ ਕੇ ਠੋਕਰ ਮਾਰ ਦੇਆ ਇਹ ਗੁਲਛਨ ਵੀ ਕੀ ਗੁਲਛਨ ਨੇ ਹੱਥ ਲਾ ਕੇ ਖੁਸ਼ੀ ਦੀ ਮੰਜ਼ਲ ਨੂੰ ਰੁੱਖਾਂ ਦੇ ਸਹਾਰੇ ਆ ਬੈਠੇ ਇਹ ਤਿੰਨ ਗੀਤ ਉਹਦੇ ਚ ਚੌਥਾ ਗੀਤ ਸੀਗਾ ਉਹਦੇ ਚ ਸੋਹਣੇ ਰੱਬ ਦੀਆਂ ਸਿਫਤਾਂ ਕੀ ਕਰੀਏ ਜਿਹਨੂੰ ਦੇਵੇ ਉਹ ਝੋਲੀਆਂ ਭਰ ਦੇਵੇ ਇਹ ਗੀਤ ਬਹਾਰਾਂ ਦੇ ਫਿਲਮ ਜਿਹੜੀ ਸੀ ਉਹਦੇ ਚ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੇ ਗੀਤ ਸੀਗੇ ਔਰ ਇੰਨੇ ਵਧੀਆ ਲਿਖੇ ਸੀਗੇ ਗੀਤ ਕਿ ਬਾਰ-ਬਾਰ ਫਿਲਮ ਦੇਖਣ ਨੂੰ ਦਿਲ ਕਰਦਾ ਸੀ ਇੱਕ ਫਿਲਮ ਹੋਰ ਐਸੀ ਨੀਮਾਕੀ ਤੇ ਉਹਦੇ ਵਿੱਚ ਵੀ ਸ਼ਿਬ ਕੁਮਾਰ ਬਟਾਲਵੀ ਸਾਹਿਬ ਦੇ ਲਿਖੇਗੀ ਸੀ ਅਗਟੂਰੀ ਪ੍ਰਦੇਸ਼ ਸਹੀਓ ਅਗਟੂਰੀ ਪ੍ਰਦੇਸ਼ ਇੱਕ ਫਿਲਮ ਐਸੀ ਦੋ ਲੱਛੀਆਂ ساری ਉਮਰਾਂ ਦੇ ਪੈ ਗਿਆ ਵਿਛੋੜੇ ਸ਼ਮਸ਼ਾਦ ਬੇਗਮ ਤੇ ਮੁਹੰਮਦ ਰਫੀ ਦੇ ਨਾਲ ਇਹ ਜਿਹੜੀਆਂ ਫਿਲਮਾਂ ਦੇ ਮੈਂ ਨਾਂ ਲਾਏ ਨੇ ਉਹਨਾਂ ਫਿਲਮਾਂ ਦੇ ਵਿੱਚ ਜਦੋਂ ਵੀ ਅਸੀਂ ਆਮ ਕੁਝ ਦੇਖਿਆ ਉਸ ਸਾਨੂੰ ਬੜਾ ਚੰਗਾ ਚੰਗਾ ਦੇਖਣ ਨੂੰ ਮਿਲਿਆ ਤੇ ਉਸ ਫਿਲਮ ਵਿੱਚ ਉਹਨਾਂ ਫਿਲਮਾਂ ਵਿੱਚ ਜਿਹੜੇ ਐਕਟਰ ਹੁੰਦੇ ਸੀ ਉਹ ਇਸ ਤਰ੍ਹਾਂ ਦੇ ਹੁੰਦੇ ਸੀਗੇ ਕਿ ਕਹਾਣੀ ਦੇ ਬਿਲਕੁਲ ਨਜ਼ਦੀਕ ਰਹਿਣ ਵਾਲੇ ਤੇ ਇਸ ਤਰ੍ਹਾਂ ਲੱਗਦਾ ਹੁੰਦਾ ਸੀਗਾ ਕਿ ਬਿਲਕੁਲ ਉਹੀ ਕੁਝ ਹੋ ਰਿਹਾ ਜੋ ਸਾਡੇ ਤੇ ਬੀਤ ਰਿਹਾ ਪਰ ਕਈ ਵਾਰੀ ਐਸੀਆਂ ਫਿਲਮਾਂ ਵੀ ਆ ਰਹੀਆਂ ਨੇ ਅੱਜਕੱਲ ਜਾਂ ਆ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ ਕਹਾਣੀ ਹੋਰ ਕਿਸੇ ਪਾਸੇ ਫਿਰਦੀ ਹੈ ਗੀਤ ਹੋਰ ਪਾਸੇ ਫਿਰਦਾ ਮਾਰਤਾ ਹੋਰ ਪਾਸੇ ਕਿਤੇ ਫਿਰਦੀ ਹੈ ਆ ਪੰਜਾਬੀ ਬੋਲੀ ਨੂੰ ਸਵਾਰਨ ਦੇ ਲਈ ਪੰਜਾਬੀ ਬੋਲੀ ਨੂੰ ਚੰਗਾ ਕਰਨ ਦੇ ਲਈ ਪੰਜਾਬੀ ਫਿਲਮਾਂ ਜਿਹੜੀਆਂ ਬਣਦੀਆਂ ਨੇ ਉਹਨਾਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਪੁਰਾਣੀਆਂ ਫਿਲਮਾਂ ਵੀ ਬਣਾਈਆਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਇਹਨੂੰ ਮੈਂ ਜਾਨੀ ਪੰਜਾਬੀ ਫਿਲਮਾਂ ਦਾ ਪਹਿਲਾ ਦੌਰ ਮੰਨਾਂਗਾ 1932-33 ਤੋਂ 35 ਤੋਂ ਲੈ ਕੇ 1968 ਤੱਕ ਦੂਸਰੇ ਦੌਰ ਵਿੱਚ ਅਸੀਂ ਆ ਨਾਨਕ ਨਾਮ ਜਹਾਜ਼ ਹੈ ਤੋਂ ਸ਼ੁਰੂ ਕਰਾਂਗੇ 1969 ਤੋਂ 1985 ਤੱਕ ਜਿੱਦੇ ਚ ਸਰਪੰਚ ਲੰਬੜਦਾਰ ਨੀ ਵਰਗੀਆਂ ਫਿਲਮਾਂ ਬਣੀਆਂ ਤੀਸਰੇ ਦੌਰ ਵਿੱਚ ਅਸੀਂ ਗੱਲ ਕਰਾਂਗੇ ਜਿਹੜੀ 1985 ਤੱਕ ਸੀ ਉਹਦੇ ਵਿੱਚ ਇੱਕ ਫਿਲਮ ਹੋਰ ਆਈ ਸੀ ਆਸ਼ਾ ਤੁਹਾਨੂੰ ਯਾਦ ਹੋਵੇ ਆ ਕੀ ਉਹਦਾ ਨਾਮ ਸੀ ਸਾਡੇ ਜਗਜੀਤ ਸਾਹਿਬ ਦੀ ਫਿਲਮ ਸੀ ਤੇ ਪਟਿਆਲੇ ਤੋਂ ਨਾਟਕਕਾਰ ਜਿਹੜੇ ਸਨ ਉਹਨਾਂ ਦੀ ਫਿਲਮ ਸੀਗੀ ਦੋ ਫਿਲਮਾਂ ਸੀ ਉਹਦੇ ਵਿੱਚ ਜਿਹੜੀਆਂ ਕਿ ਉਹ 1968 ਤੋਂ 85 ਦੇ ਵਿੱਚ ਆਉਂਦੀਆਂ ਨੇ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਜਿਹੜੀਆਂ ਇਹ ਪੁਰਾਣੀਆਂ ਫਿਲਮਾਂ ਮੈਂ ਦੱਸਣੀਆਂ ਜਦੋਂ ਤੁਸੀਂ ਦੋ ਲੱਛੀਆਂ ਪਿੰਡ ਦੀ ਕੁੜੀ ਲਾਜੋ ਕਾਡੇ ਸ਼ਾਹ ਪਰਦੇਸੀ ਟੋਲਾ ਬਲੈਤਪਾਸ ਖੇਡਨ ਦੇ ਚਾਰ ਗੁੱਡੀ ਭੰਗੜਾ ਸੱਤ ਸਾਲੀਆਂ ਚੌਧਰੀ ਕਰਨੈਲ ਸਿੰਘ ਤੇ ਦੇਖੋਗੇ ਮਾਮਾ ਜੀ ਤੇ ਇਹ ਜਦੋਂ ਫਿਲਮਾਂ ਤੁਸੀਂ ਦੇਖਦੇ ਆ ਇਹਦੇ ਵਿੱਚ ਤੁਹਾਨੂੰ ਇਦਾਂ ਦੇ ਵਧੀਆ-ਵਧੀਆ ਐਕਟਰ ਦੇਖਣ ਨੂੰ ਮਿਲਦੇ ਆ ਜਿਨ੍ਹਾਂ ਨੇ ਫਿਲਮਾਂ ਦੇ ਵਿੱਚ ਇਸ ਤਰ੍ਹਾਂ ਦੇ ਰੋਲ ਕੀਤੇ ਕਿ ਤੁਹਾਡੇ ਦਿਲ ਨੂੰ ਉਹ ਇਸ ਤਰ੍ਹਾਂ ਲੱਗ ਜਾਂਦੀ ਸੀ ਕਿ ਇਹ ਕਹਾਣੀ ਮੇਰੀ ਆ ਮੇਰੇ ਪਿੰਡ ਦੇ ਕਿਸੇ ਗਰੀਬ ਦੀ ਕਹਾਣੀ ਆ ਮੇਰੇ ਪਿੰਡ ਦੇ ਕਿਸੇ ਸਾਹੂਕਾਰ ਦੀ ਕਹਾਣੀ ਆ ਜਦੋਂ ਅਸੀਂ ਸਾਹੂਕਾਰ ਤੇ ਜ਼ਮੀਨ ਦੇ ਜਿਹੜੇ ਮਾਲਕ ਨੇ ਜ਼ਿਮੀਦਾਰ ਉਹਨਾਂ ਦਾ ਟਕਰਾਅ ਦੇਖਦੇ ਸੀ ਉਹਨਾਂ ਦੀ ਕੁੜੀ ਹੁੰਦੀ ਸੀ ਗਰੀਬਾਂ ਦੀ ਅਮੀਰਾਂ ਦਾ ਮੁੰਡਾ ਹੁੰਦਾ ਸੀ ਜਾਂ ਵੀਰਾਂ ਦੀ ਕੁੜੀ ਹੁੰਦੀ ਸੀ ਗਰੀਬ ਦਾ ਮੁੰਡਾ ਹੁੰਦਾ ਸੀ ਆਮ ਕਰਕੇ ਇਸ ਤਰ੍ਹਾਂ ਦੀਆਂ ਹੁੰਦੀਆਂ ਸਨ ਉਹਨਾਂ ਵਿੱਚ ਪੰਘੜੇ ਪੈਂਦੇ ਸਨ ਕਿੱਧੇ ਪੈਂਦੇ ਸਨ ਕੋੜਾ ਹੁੰਦੀਆਂ ਸਨ ਕਬੱਡੀ ਦੇ ਮੈਚ ਹੁੰਦੇ ਸੀ ਤੇ ਪਿੰਡ ਵਿੱਚ ਕਿਸੇ ਕੋਲ 12 ਬੋਰ ਦੀ ਜਾਂ 15 ਬੋਰ ਦੀ ਜਾਂ ਪਤਾ ਨਹੀਂ ਕਿਹੜੀ ਰਾਈਫਲ ਹੁੰਦੀ ਸੀ ਜਿਹਦੇ ਨਾਲ ਅਖੀਰ ਤੇ ਜਾ ਕੇ ਕਿਸੇ ਦਾ ਖੂਨ ਹੋ ਜਾਣਾ ਜਾਂ ਕੁਝ ਕਰਨਾ ਜੋ ਕੁਛ ਉਦੋਂ ਬੀਤ ਰਿਆ ਸੀ ਉਦੋਂ ਇਹ ਵੀ ਮੈਂ ਕਹਿ ਸਕਦਾ ਕਿ ਉਦੋਂ ਟਾਊਟ ਪਾਣਾ ਵੀ ਨਵਾਂ ਨਵਾਂ ਸ਼ਾਇਦ ਪੰਜਾਬ ਵਿੱਚ ਆਇਆ ਸੀ ਜਿਹੜੇ ਟਾਊਟ ਹੁੰਦੇ ਸੀ ਉਹ ਜਾ ਕੇ ਦੱਸ ਪਾ ਦਿੰਦੇ ਸੀ ਕਿ ਭਈ ਫੁਲਾਣੇ ਬੰਦੇ ਨੂੰ ਫੁਲਾਣੇ ਨੇ ਵੱਢ ਦਿੱਤਾ ਉਹ ਪੁਲਿਸ ਆ ਕੇ ਫੜ ਲੈਂਦੀ ਸੀ ਕਈ ਗੋਲੀ ਚਲਾ ਦਿੰਦੇ ਸੀ ਕਿਸੇ ਕਿਸੇ ਕੋਲ ਰਾਈਫਲ ਹੁੰਦੀ ਸੀ ਉਹ ਟਾਊਟ ਬਣੇ ਹੁੰਦੇ ਸੀ ਜਾਂ بڑے بڑے ਵੱਡੇ ਜੈਲਦਾਰ ਹੁੰਦੇ ਜਿਨ੍ਹਾਂ ਕੋਈ ਰਾਈਫਲਾਂ ਹੁੰਦੀਆਂ ਸੀ ਅ ਕਈ ਤਰ੍ਹਾਂ ਦੇ ਲੋਕ ਜਾਣੇ ਹੁੰਦੇ ਸੀ ਪਰ ਪੰਜਾਬੀ ਫਿਲਮਾਂ ਨੇ ਬਾਖੂਬੀ ਇਹਨਾਂ ਨੂੰ ਦਿਖਾਉਣ ਦੇ ਲਈ ਬਹੁਤ ਕੰਮ ਕੀਤਾ ਮੈਂ ਉਹਨਾਂ ਸਾਰੇ ਜਿੰਨੇ ਵੀ ਕਲਾਕਾਰ ਨੇ ਹੋ ਚੁੱਕੇ ਨੇ ਡਾਇਰੈਕਟਰ ਨੇ ਗੀਤਕਾਰ ਨੇ ਵਰਮਾ ਮਲਿਕ ਉਹ ਤੋਂ ਬਹੁਤ ਵਧੀਆ ਸੰਗੀਤਕਾਰ ਹੁੰਦੇ ਸੀ ਸਰਦੂਲ ਕਬਾਤੜਾ ਸਾਹਿਬ ਬੜੇ ਵਧੀਆ ਸੰਗੀਤਕਾਰ ਹੁੰਦੇ ਸੀ ਇਹ ਜਿਹੜੇ ਸੰਗੀਤਕਾਰ ਸੀ ਵਰਮਾ ਮਲਿਕ ਵਰਗੇ ਇਹਨਾਂ ਨੇ ਬਹੁਤ ਹੀ ਵਧੀਆ-ਵਧੀਆ ਫਿਲਮਾਂ ਦਿੱਤੀਆਂ ਹਿੰਦੀ ਦੀਆਂ ਫਿਲਮਾਂ ਵੀ ਦਿੱਤੀਆਂ ਪੰਜਾਬੀ ਫਿਲਮਾਂ ਵਿੱਚ ਵੀ ਸੰਗੀਤ ਦਿੱਤਾ ਸੰਗੀਤ ਐਸਾ ਦਾ ਹੁੰਦਾ ਸੀ ਕਿ ਸਾਨੂੰ ਲੱਗਦਾ ਸੀ ਇਹ ਮੇਰੇ ਪਿੰਡ ਦਾ ਹੀ ਕੋਈ ਅਖਾੜਾ ਹੈ ਜਿੱਥੇ ਕਬੱਡੀ ਦਾ ਮੈਚ ਹੋ ਰਿਹਾ ਤੇ ਗੀਤ বাজ ਰਿਹਾ ਤੇ ਇਹ ਮੇਰੇ ਪਿੰਡ ਦੇ ਲੋਕ ਨੇ ਜਿਹੜੇ ਕੋਈ ਵਿਆਹ ਦੇ ਵਿੱਚ ਸ਼ਾਮਲ ਹੋਏ ਨੇ ਵਿਆਹ ਵੀ ਇਸ ਹੱਦੇ ਦਿਖਾਈ ਜਾਂਦੇ ਸੀ ਜਿਸ ਤਰ੍ਹਾਂ ਦੇ ਹੁੰਦੇ ਆ ਤੇ ਜ਼ਿੰਦਗੀ ਬੜੀ ਸਾਦੀ ਸੀ ਉਸ ਸਾਦੀ ਜ਼ਿੰਦਗੀ ਦੇ ਵਿੱਚ ਫਿਲਮਾਂ ਦੇ ਦੌਰਾਂ ਨੇ ਇੰਨਾ ਵਧੀਆ ਕੰਮ ਕੀਤਾ ਕਿ ਸਾਨੂੰ ਅੱਜ ਵੀ ਅਗਰ ਉਹ ਫਿਲਮਾਂ ਦੇਖਣ ਨੂੰ ਮਿਲਦੀਆਂ ਮੇਰੀ ਉਮਰ ਦੇ ਲੋਕਾਂ ਨੂੰ 60 65 ਸਾਲ ਦੇ ਜਿਹੜੇ ਪੈਂਸਲ ਤੋਂ ਉੱਤੇ ਲੋਕ ਨੂੰ ਉਹਨਾਂ ਨੂੰ ਤਾਂ ਆਨੰਦ ਆਏਗਾ ਮੈਂ ਸਮਝਦਾ ਕਿ ਜਿਹੜੇ ਸਾਡੇ ਬੱਚੇ ਨੇ ਅਗਰ ਉਹ ਇਹ ਫਿਲਮਾਂ ਦੇਖ ਲੈਣ ਤੁਸੀਂ ਯਕੀਨ ਕਰੋ ਤੁਸੀਂ ਖੁਦ ਕਹੋਗੇ ਕਿ ਇਹ ਫਿਲਮਾਂ ਵਾਕਈ ਉਸ ਦੌਰ ਦੀਆਂ ਬੜੀਆਂ ਵਧੀਆ ਵਧੀਆ ਸਨ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਪ੍ਰੋਗਰਾਮ ਦੇ ਅਖੀਰ ਵਿੱਚ ਤੁਹਾਨੂੰ ਪਿਛਲੇ ਪਾਸੇ ਡਿਸਕ੍ਰਿਪਸ਼ਨ ਵਿੱਚ ਉਹ ਲਾ ਦਿਆਂ ਸਾਰੀਆਂ ਫਿਲਮਾਂ ਦੇ ਨਾਂ ਤਾਂ ਕਿ ਤੁਸੀਂ ਉਹ ਲੱਭ ਸਕੋ ਕਿਹੜੀਆਂ-ਕਿਹੜੀਆਂ ਫਿਲਮਾਂ ਸਨ ਕਿਧਰੇ ਮੌਕਾ ਮਿਲਿਆ ਤਾਂ ਦੇਖਿਓ ਮੇਰੇ ਵੱਲੋਂ ਇਹ ਉਹਨਾਂ ਐਕਟਰ ਜਿਹੜੇ ਚਲੇ ਗਏ ਨੇ ਉਹਨਾਂ ਨੂੰ ਸ਼ਰਧਾਂਜਲੀ ਹੈ ਕਿ ਉਹਨਾਂ ਨੇ ਪੰਜਾਬੀ ਫਿਲਮਾਂ 'ਚ ਬਹੁਤ ਕੰਮ ਕੀਤਾ ਪੰਜਾਬੀ ਬੋਲੀ ਨੂੰ ਚੁੱਕਣ ਲਈ ਬਹੁਤ ਕੰਮ ਕੀਤਾ ਉਹਨਾਂ ਦਾ ਨਾਮ ਸਾਰੀ ਉਮਰ ਲਈ ਜਿਉਂਦਾ ਰਹੇਗਾ ਜਿਨ੍ਹਾਂ ਨੇ ਚੰਗੀਆਂ ਫਿਲਮਾਂ ਨਹੀਂ ਬਣਾਈਆਂ ਉਹਨਾਂ ਨੂੰ ਲੋਕ ਜਲਦੀ ਭੁੱਲ ਜਾਂਦੇ ਆ ਤੇ ਜਿਨ੍ਹਾਂ ਲੋਕਾਂ ਨੇ ਚੰਗੀਆਂ ਫਿਲਮਾਂ ਬਣਾਈਆਂ ਉਹ ਲੋਕ ਅੱਜ ਵੀ ਲੋਕਾਂ ਨੂੰ ਯਾਦ ਕਰਦੇ ਨੇ ਮੈਂ ਜਦੋਂ ਵੀ ਉਹ ਪੁਰਾਣੇ ਗੀਤ ਸੁਣਦਾ ਮੈਂ ਬੈਠ ਕੇ ਬੜਾਈ ਆਨੰਦਮਈ ਤਰੀਕੇ ਦੇ ਨਾਲ ਮੈਂ ਚਾਹਾਂਗਾ ਕਿ ਸਾਡੇ ਨੌਜਵਾਨ ਬੱਚੇ ਵੀ ਵੱਡੇ ਵੀ ਸਾਰੇ ਇਹਨਾਂ ਗੀਤਾਂ ਨੂੰ ਜਿਹੜੇ ਮੈਂ ਬੋਲੇ ਨੇ ਵਿੱਚ ਲੱਭ ਕੇ ਸੁਣ ਕੇ ਵੇਖਿਓ ਤੁਹਾਨੂੰ ਪਤਾ ਲੱਗੇਗਾ ਪ੍ਰੋਗਰਾਮ ਕਿਸਰਾ ਦਾ ਅਗਲੇ ਪ੍ਰੋਗਰਾਮ ਵਿੱਚ 1969 ਤੋਂ 1985 ਤੱਕ ਫਿਲਮਾਂ ਦਾ ਜ਼ਿਕਰ ਹੋਏਗਾ ਉਸ ਤੋਂ ਅਗਲੇ ਤੀਜੇ ਪ੍ਰੋਗਰਾਮ ਵਿੱਚ 1985 ਤੋਂ 2005 ਤੱਕ ਤੇ ਉਸ ਤੋਂ ਅਗਲੇ ਭਰੋ ਚੌਥੇ ਪ੍ਰੋਗਰਾਮ ਵਿੱਚ 2005 ਤੋਂ ਹੁਣ ਤੱਕ ਦੀਆਂ ਫਿਲਮਾਂ ਦਾ ਲੇਖਾ ਝੁਕਾ ਕਰਾਂਗੇ ਪਰਦੇਸ ਟਾਈਮ ਤੁਸੀਂ ਦੇਖਦੇ ਹੋ ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਲਬੀਰ ਸਿੰਘ ਐਮਏ ਅੱਜ ਤੁਹਾਡੇ ਨਾਲ ਇਹ ਵਾਅਦਾ ਕਰਦਾ ਕਿ ਅਸੀਂ ਇਸ ਚੈਨਲ ਰਾਹੀਂ ਪੰਜਾਬੀ ਬੋਲੀ ਤੇ ਹੀ ਕੰਮ ਕਰਾਂਗੇ ਤੇ ਪੰਜਾਬੀ ਬੋਲੀ ਦੇ ਸਾਰੇ ਸੱਜਣ ਮਿੱਤਰਾਂ ਨੂੰ ਨਾਲ ਲੈ ਕੇ ਚੱਲਾਂਗੇ ਕਿਸੇ ਵੀ ਸੱਜਣ ਮਿੱਤਰ ਨੇ ਕੋਈ ਗਾਉਂਦਾ ਹੈ ਕੋਈ ਕਿਸੇ ਤਰ੍ਹਾਂ ਦਾ 뮤직 ਵਜਾਉਂਦਾ ਹੈ ਜਾਂ ਕੋਈ ਕਿਸਾਨ ਹੈ ਜਾਂ ਕੋਈ ਪੰਜਾਬ ਦਾ ਰਹਿਣ ਵਾਲਾ ਗਾਇਕ ਹੈ ਜਾ ਕੋਈ ਟ੍ਰੱਕਰ ਹੈ ਜਿਹੜਾ ਸਾਨੂੰ ਪੰਜਾਬੀ ਚ ਦੱਸ ਸਕੇ ਕਿ ਟ੍ਰੱਕਾਂ ਦੀਆਂ ਕੀ ਤਕਲੀਫਾਂ ਨੇ ਟ੍ਰੱਕਾਂ ਚ ਕਿਸ ਤਰ੍ਹਾਂ ਪੈਸੇ ਬਣਦੇ ਨੇ ਬੇਈਮਾਨੀ ਨਾ ਕਰਕੇ ਕਿਸ ਤਰ੍ਹਾਂ ਚੰਗਾ ਜੀਵਨ ਜੀਵਿਆ ਜਾ ਸਕਦਾ ਤਾਂ ਕਿ ਸਾਰੇ ਪੈਣਾ ਭਰਾਵਾਂ ਨੂੰ ਇਕੱਠੇ ਕਰ ਸਕੀਏ ਆਪਣੇ ਬੱਚਿਆਂ ਨੂੰ ਕੋਈ ਚੰਗਾ ਦੇ ਕੇ ਜਾਈਏ ਮੇਰੀ ਕੋਈ ਤਮੰਨਾ ਹੈ ਕਿ ਜਦੋਂ ਮੈਂ ਜਾਵਾਂ ਕੋਈ ਸੱਜਣ ਇੱਕ ਲਫਜ਼ ਕਹਿ ਦੇ ਕਿ ਪੰਜਾਬੀ ਬੋਲੀ ਦੇ ਸਪੂਤ ਅੱਜ ਚਲੇ ਜਾਂਦੇ ਪੰਜਾਬੀ ਬੋਲੀ ਤੇ ਟਿਕੇ ਰਹਿਣਾ ਬਹੁਤ ਵੱਡੀ ਗੱਲ ਹੈ ਮੇਰੀ ਮਾਂ ਦੀ ਬੋਲੀ ਹੈ ਮੈਂ ਆਪਣੀ ਮਾਂ ਨੂੰ ਯਾਦ ਕਰਕੇ ਹੀ ਇਹ ਪ੍ਰੋਗਰਾਮ ਸ਼ੁਰੂ ਕੀਤੇ ਨੇ ਤੇ ਮੈਨੂੰ ਉਮੀਦ ਹੈ ਮੇਰੇ ਨਾਲ ਸਰ ਪਰਮਪਾਲ ਸਿੰਘ ਵੀ ਹੁੰਦੇ ਨੇ ਤੇ ਸਾਡੇ ਨਾਲ ਇੱਕ ਦੋ ਹੋਸ ਜਲਦੀ ਆ ਜਾਣਗੇ ਮੈਨੂੰ ਉਮੀਦ ਹੈ ਕਿ ਜਸਪਾਲ ਸਿੰਘ ਸੈਣੀ ਸਾਹਿਬ ਪ੍ਰੋਫੈਸਰ ਜਸਪਾਲ ਸਿੰਘ ਸੈਣੀ ਵੀ ਸਾਡੇ ਨਾਲ ਜਲਦੀ ਸ਼ਾਮਲ ਹੋ ਜਾਣਗੇ ਤੇ ਅਸੀਂ ਪੰਜਾਬੀ ਬੋਲੀ ਜਿਸ ਤਰ੍ਹਾਂ ਪਹਿਲਾਂ ਵੀ 25 ਸਾਲ ਤੋਂ ਰੇਡੀਓ ਕਰ ਰਹੇ ਹਾਂ ਟੈਲੀਵਿਜ਼ਨ ਕਰਦੇ ਸੀ ਉਸੇ ਤਰ੍ਹਾਂ ਅਸੀਂ YouTube ਤੇ ਵੀ ਤੁਹਾਡੇ ਨਾਲ ਨਾਲ ਰਹਿਾਂਗੇ ਅੰਮੀਰੇ ਲੋ ਹੱਥ ਬਨ ਕੇ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਨੂੰ ਤੁਹਾਡੇ ਕੋਲ ਇਹੀ ਚਾਹੀਦਾ ਹੈ ਕਿ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਪਸੰਦ ਕਰੋ ਤਾਂ ਕਿ ਅਸੀਂ ਤੁਹਾਡੇ ਲਈ ਵਧੀਆ-ਵਧੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਸਕੀਏ ਜਿਉਂਦੇ ਵਾਸਤੇ ਰਹੋ ਲੈਂਦੇ ਪੰਜਾਬ 'ਚ ਹੋਵੋ ਜਾਂ ਚੜ੍ਹਦੇ ਪੰਜਾਬ 'ਚ ਜਾਂ ਦੁਨੀਆ ਦੇ ਕਿਸੇ ਖਿੱਤੇ ਵਿੱਚ ਵੀ ਪੰਜਾਬੀਓ ਜਿਉਂਦੇ ਵਾਸਤੇ ਰਹੋ ਚੰਗੇ ਕੰਮਾਂ ਦੇ ਲਈ ਤੁਸੀਂ ਹਮੇਸ਼ਾ ਅੱਗੇ ਆਉਂਦੇ ਹੋ ਤੇ ਅੱਗੇ ਆਉਂਦੇ ਰਹਿਣਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਸਲਾਮ ਅਲੈਕਮ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਅਜੀਜ਼ ਪਰਮਪਾਲ ਸਿੰਘ ਤੁਸੀਂ ਦੇਖ ਰਹੇ ਹੋ ਪ੍ਰਦੇਸ਼ ਟਾਈਮਜ਼ ਇਸ ਨੂੰ ਤੁਸੀਂ ਆਪ ਵੀ ਸਬਸਕ੍ਰਾਈਬ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ ਵੀ ਕਹੋ ਕਿ ਸਬਸਕ੍ਰਾਈਬ ਕਰ ਸੱਚਾ